ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਅਤੇ ਹੋਰ ਭਗਤਾਂ ਸੂਰਵੀਰ ਯੋਧਿਆਂ ਨੂੰ ਕਿੰਨਾ ਸਮਾਂ ਲੱਗਿਆ ਸੀ ਇੱਕ ਕੌਮ ਨੂੰ ਉਸਾਰਨ ਵਿੱਚ ਅਤੇ ਸ਼ਰਧਾ ਭਾਵਨਾ ਵਿਸ਼ਵਾਸ ਕਾਇਮ ਕਰਨ ਵਿੱਚ ਪਰ ਅਚਾਰਕ ਕਲਾਸਾਂ ਪੜ੍ਹ ਕੇ 2 ਸਾਲਾਂ ਦਾ ਕੋਰਸ ਕਰਕੇ ਯੁੱਗਾਂ ਦਾ ਗਿਆਨ ਕਿਵੇਂ ਪ੍ਰਾਪਤ ਕਰ ਲੈਂਦੇ ਨੇ ਜੋ ਗੁਰੂ ਸਾਹਿਬ ਜੀ ਨੂੰ ਹੀ ਗਲਤ ਸਾਬਤ ਕਰ ਦਿੰਦੇ ਨੇ ਮੈਨੂੰ ਤਾਂ ਲੱਗਦਾ ਹੈ ਇਹਨਾਂ ਨੂੰ ਗਿਆਨ ਵਾਲੀ ਸੁਮਤ ਆਪ ਨੂੰ ਹੈ ਨਹੀਂ ਸਗੋਂ 2 ਸਾਲਾਂ ਦੇ ਕੋਰਸ ਵਿੱਚ ਚਿੱਟੇ ਦੇ ਨਸ਼ੇ ਵਾਂਗ ਇਹਨਾਂ ਨੂੰ ਦਿਮਾਗੀ ਤੌਰ ਤੇ ਡੈੱਡ ਕੀਤਾ ਜਾਂਦਾ ਹੈ ਫਿਰ ਹਲਕਾ ਦੇ ਕਤੀੜ ਵਾਂਗੂ ਹੌਂਕਦੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਆਮ ਸੰਸਾਰੀ ਬੰਦੇ ਦੀ ਗੱਲ ਕਰ ਰਹੇ ਨੇ ਜਾਂ ਗੁਰੂ ਦੀ ਗੱਲ ਕਰ ਰਹੇ ਨੇ ਪਰ ਕਈ ਮੇਰੇ ਵੀਰ ਭੈਣ ਭਰਾ ਬਹੁਤ ਕਿੰਤੂ ਪ੍ਰੰਤੂ ਕਰਦੇ ਨੇ ਕਮੈਂਟਾਂ ਦੇ ਵਿੱਚ ਬਹੁਤ ਗਲਤ ਕਮੈਂਟ ਕਰਦੇ ਨੇ ਬਿਨਾਂ ਬਾਣੀ ਪੜਿਆ ਬਿਨਾਂ ਮਰਿਆਦਾ ਜਾਣਿਆ ਬਿਨਾਂ ਇਤਿਹਾਸ ਜਾਣਿਆ ਅਸੀਂ ਗੁਰੂਆਂ ਦੀ ਗੱਲ ਕਰਦੇ ਹਾਂ ਮਰਿਆਦਾ ਦੀ ਗੱਲ ਕਰਦੇ ਹਾਂ ਇਤਿਹਾਸ ਦੀ ਗੱਲ ਕਰਦੇ ਹਾਂ ਸਾਡੀ ਸ਼ਬਦਾਵਲੀ ਗੁਰੂ ਪ੍ਰਤੀ ਪ੍ਰੇਮ ਭਾਵਨਾ ਵਾਲੀ ਹੋਣੀ ਚਾਹੀਦੀ ਹੈ ਨਾ ਕਿ ਅਸੀਂ ਗੁਰੂ ਨੂੰ ਹੀ ਤਾੜੀਏ ਬਹੁਤੇ ਧਰਮੀਓ ਕਦੇ ਪਿਓ ਦੀ ਜਾਇਦਾਦ ਦੀ ਵਸੀਅਤ ਤੇ ਵੀ ਸੋਚਿਆ ਕਰੋ ਕਿ ਇਹ ਜਾਇਜ਼ ਹੈ ਜਾਂ ਨਾਜਾਇਜ਼ ਪਰ ਨਹੀਂ ਉਦੋਂ ਤਾਂ ਪਿਓ ਨੇ ਜਿਵੇਂ ਮਰਜ਼ੀ ਜਾਇਦਾਦ ਬਣਾਈ ਹੋਵੇ ਪਰ ਅਸੀਂ ਆਪਣਾ ਜੱਦੀ ਹੱਕ ਸਮਝਦੇ ਹਾਂ ਕਦੇ ਕੋਈ ਵਿਚਾਰ ਜਾਂ ਕੋਈ ਕਿੰਤੂ ਪ੍ਰੰਤੂ ਕਿਉਂ ਨਹੀਂ ਕਰਦੇ ਕਿ ਇਹ ਪਾਪ ਦੀ ਵੀ ਬਣੀ ਹੋ ਸਕਦੀ ਹੈ ਕੀ ਪਤਾ ਕਿਸ ਨਾਲ ਧੱਕਾ ਕਰਕੇ ਵੀ ਬਣਾਈ ਗਈ ਹੋ ਸਕਦੀ ਹੈ ਪਰ ਸਤਿਗੁਰਾਂ ਦੀ ਬਾਣੀ ਇਤਿਹਾਸ ਮਰਿਆਦਾ ਤੇ ਨਿੱਤ ਹੀ ਕਿਉਂ ਕਿੰਤੂ ਪ੍ਰੰਤੂ ਕੀਤਾ ਜਾਂਦਾ ਹੈ ਆਉਣ ਵਾਲੇ ਸਮਿਆਂ 'ਚ ਜੋ ਲੋਕ ਗੁਰਬਾਣੀ ਨੂੰ ਜ਼ਰੀਆ ਸਮਝਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਾਗਜ਼ਾਂ ਦਾ ਥੱਬਾ ਵੀ ਸੱਦਣ ਲੱਗ ਜਾਣਗੇ ਕਿਉਂਕਿ ਉਹਨਾਂ ਨੂੰ ਹਰ ਗੱਲ ਤੱਥਾਂ ਨਾਲ ਚਾਹੀਦੀ ਹੈ ਪਰ ਗੁਰੂ ਨਾਨਕ ਪਾਤਸ਼ਾਹ ਜੀ ਧੁਰੋਂ ਗੁਰਬਾਣੀ ਲੈ ਕੇ ਆਏ ਨੇ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰੂ ਸਾਹਿਬਾਨਾਂ ਵਿੱਚ ਰਚਨਾ ਨਹੀਂ ਕੀਤੀ ਪਰ ਫਸਾਦੀ ਲੋਕ ਤਾਂ ਇਹੀ ਕਹਿਣਗੇ ਅਸੀਂ ਕਿਵੇਂ ਮੰਨੀਏ ਦਰਗਾਹੀ ਬਾਣੀ ਗੁਰੂ ਨਾਨਕ ਦੀ ਬਾਣੀ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਬਾਣੀ ਲਿਖੀ ਹੀ ਨਹੀਂ ਹੈ ਪਰ ਮੈਂ ਤਾਂ ਇਹੀ ਮੰਨਦੀ ਹਾਂ ਗੁਰੂ ਸਾਹਿਬ ਜੀ ਜੋ ਮਰਿਆਦਾ ਦੇ ਗਏ ਨੇ ਉਹ ਬਿਲਕੁਲ ਸਹੀ ਦੇ ਗਏ ਨੇ ਜੋ ਗੁਰਬਾਣੀ ਦੇ ਗਏ ਨੇ ਦਰਗਾਹੀ ਬਾਣੀ ਹੈ ਉਹ ਬਿਲਕੁਲ ਸਹੀ ਹੈ ਫਸਾਦੀ ਲੋਕ ਜੋ ਮਰਜ਼ੀ ਕਰੀ ਜਾਣ ਜਿੰਨੇ ਮਰਜ਼ੀ ਤਰਕ ਕਰੀ ਜਾਣ ਉਹ ਇਸ ਨੂੰ ਝੁਠਲਾ ਨਹੀਂ ਸਕਦੇ।